ਯਾਰ ਮੁੰਡਾ ਬੇੜਾ ਵੀ ਅੱਜ ਜਨੇਤਪੁਰੀ ਆਇਆ, ਗੱਡੀ ਥੋੜੀ ਅਨਫਿਟ ਸੀਗੀ, ਕੇਂਗਰ ਵਾਲਾ ਖੇਡਦਾ ਟੀਮ ਲਈ ਪੱਕੇ ਤੌਰ ਤੇ, ਮੈਂ ਅੱਜ ਬਰਾਬਰੀ ਦੇ ਚੋਟੀ ਦੀ ਟੱਕਰ ਆ, ਮੌਸਮ ਖਰਾਬ ਆ ਵੀਰੇ, ਖਤਰੋ ਕੰਮ ਨੂੰ। ਹਾਂਜੀ ਢਿੱਲੋਂ ਸਾਹਿਬ, ਜਿਵੇਂ ਜਿਵੇਂ ਹੁਕਮ ਦੇਵੇ ਤਿਲਕਾਰ, ਮੇਰ ਕਰੇ ਪਰਵਰਦਗਾਰ, ਆਓ ਸਾਹਮਣੇ ਪਿੰਡਾਂ ਉਹ ਬੱਲੇ ਬੱਲੇ ਉਹ ਮੁੰਡਿਆਂ ਨੇ ਰੀਸਾਂ, ਇਹ ਆ ਚੁੱਕਿਆ ਵਾ ਨੌਜਵਾਨ, ਆਉਣ ਬਾਅਦ ਜਿਹੜੀ ਇਧਰਲੇ ਪਾਸੇ ਆਊਗਾ ਫਿਰ ਸ਼ਹਿਰ ਬੜੇ ਲਾਗੇ ਲਾਗੇ ਵਸੇ ਪਿੰਡਾਂ ਭੱਬਾ ਲੰਡਾ ਪਿੰਡਾਂ ਦੇ, ਪਰ ਅੱਜ ਘੁਗਿਆਣੇ ਦੀ ਧਰਤੀ ਰੌਣਕਾਂ ਗੱਡੀਆਂ ਨੇ, ਜ਼ਿਲ੍ਹੇ ਫਰੀਦਕੋਟ ਦਾ ਮਾਣ ਮੱਤਾ ਪਿੰਡ ਹੈ, ਜਿੱਥੋਂ ਦੇ ਵਾਲੀਬਾਲ ਦੇ ਖਿਡਾਰੀਆਂ ਨੇ ਲੈ ਵੀ ਨੰਬਰ ਦੱਸੀ ਜੱਟ, 3-2 3-2 ਤਿੰਨ ਤੇ ਦੋ, ਇੱਧਰ 3 ਪੁਆਇੰਟ ਆ ਫਰੋਸ਼ਾ ਬੀ ਦੇ, 2 ਪੁਆਇੰਟ ਉੱਧਰ ਚੁੱਗਿਆਂ ਦੇ, ਇਕੱਲੀਆਂ ਪਰਚੀਆਂ ਬਣਾਉਣੀਆਂ ਜੀ ਗੁਰੀ ਵੀਰੇ, ਦੱਸੀ ਜਾਂਦਾ ਮੈਂ ਜਿਨ੍ਹਾਂ ਨਾ ਮੈਚ ਆਇਆ ਟੀਮ ਹੀ ਨੀ ਆਈ, ਆਰ ਇਹ ਵੀ ਕਿੱਡਾ ਵੱਡਾ ਰਿਕਾਰਡ ਅੱਜ ਮਦਰਸੇ ਵਾਲੇ ਮੁੰਡੇ, ਕੋਈ ਮੈਚ ਖੇਡੇ ਬਿਨਾ ਕੁਆਟਰ ਚ ਪਹੁੰਚ ਗਏ, ਹੁਣ ਪੁੱਛਦੇ ਸਾਡਾ ਮੈਚ ਕਿਹਦੇ ਨਾਲ ਹੈ। ਜਸਵੰਤ ਗੱਲ, ਸਮਨਦੀਪ ਕਮਾਲ ਹੀ ਹੋ ਗਈ ਹੈ, ਜੁਗਣੀ ਕਹਿੰਦਾ ਇੰਨੀ ਕਿਸਮਤ ਸਾਡੀ ਹੈ ਨੀ, ਬਾਬਿਆਂ ਦੇ ਹੱਥ ਲਵਾ ਲਓ ਫਾਈਨਲ ਹੀ ਖੇਡਣਗੇ। ਓਏ ਚੱਲ ਪਿਆ ਕੰਮ ਵੀਰੇ, ਮੈਚ ਬਹੁਤ ਤਕੜਾ ਹੈ, ਬਹੁਤ ਤਕੜਾ ਮੈਚ, ਉਧਰ ਚੁੱਗਿਆਂ ਵਾਲੇ ਰਣਜੀਤ ਜਨੇਤਪੁਰਾ ਚੁੱਗਿਆਂ ਦੇ ਵਿੱਚ, ਸੇਮੇ ਹੋਰੀ ਪਿੰਦੇ ਹੋਰੀ ਬਿੱਟੂ, ਇੱਧਰ ਫਰੋਸ਼ਾ ਬੀ ਟੀਮ ਰੂਪੇ ਹੋਰੀ ਗੌਰਵ ਕਿੰਦਾ ਅਮਨ ਪਨਿਆਰੀ ਨੈਟ ਤੇ, 1-2 ਤੇ ਲਵਦੀਪ ਗਿੱਲ, ਸ਼ਾਲੂ ਵੀਰੇ ਕੁਆਟਰ ਤੇ ਕੁਆਟਰ 'ਚ ਦਿਖਾਵਾਂਗੇ ਮੈਚ ਉਹਨਾਂ ਦਾ ਵੀ, ਟਾਈਆਂ ਪੈਣ ਲੱਗੀਆਂ ਕੁਆਟਰ ਦੀਆਂ। ਦੂਜਾ ਪਿਆਸ ਅਮਰੀਕ ਨੂੰ ਜਾ ਕੇ ਕਹਿ ਉਹਦੀ ਵੋਲਟੇਜ ਵਧਾ ਦੇ, ਜਨਰੇਟਰ ਤੇ ਹੈ ਕਹਿ ਬਬਲਿੰਗ ਕਰੀ ਜਾਂਦਾ, ਕਹਿ ਵੋਲਟੇਜ ਵਧਾ ਦੇ, ਉਧਰ ਆ ਜਿੱਥੇ ਜਨਰੇਟਰ ਚੱਲੀ ਜਾਂਦਾ ਇਹਨੂੰ ਪਤਾ ਉੱਪਰ, ਇਹਨੂੰ ਪੁੱਛ ਸ਼ਬਾਜ ਨੂੰ, ਉਹਨੂੰ ਕਹੀ ਅਮਰੀਕ ਨੂੰ ਭਰਾ ਬਣਿਆ, ਕਹਿ ਵੋਲਟੇਜ ਵਧਾ ਦੇ ਇੱਕ ਥਾਂ ਖੜਾ ਦੇ, ਕਹਿ ਘੱਟ ਆ ਕਹਿ ਯਾਰ, ਹਰਸ਼ ਅਰੋੜਾ ਅਨਮੋਲ ਕੰਬੋਜ ਕਹੀ ਮੜਾ ਜਾ ਸ਼ਬਾਜ ਨੂੰ ਅਮਰੀਕ ਨੂੰ, ਬਲਾੜ ਦਾ ਹੋ ਗਿਆ ਹੋਊਗਾ, ਹੋ ਗਿਆ ਰੂਪ ਕੰਬੋਜ, ਵਧੀਆ ਵਧੀਆ ਵੀਰੇ, ਉਹ ਬੱਲੇ ਕਹਿੰਦੇ ਆ ਕਿਆ ਬਾਲ ਮਾਰੀ ਆ ਯਾਰ ਬੰਦੇ ਨੇ, ਇਹ ਕਹਿੰਦਾ ਚੰਦ ਬਾਜੇ ਵਾਲਾ,
ਮਨਪ੍ਰੀਤ ਰੰਧਾਵਾ ਵਧੀਆ ਵਧੀਆ ਮਨਪ੍ਰੀਤ ਕੀ ਹਾਲ ਆ ਵੀਰੇ ਮਨਪ੍ਰੀਤ ਰੰਧਾਵਾ ਵਧੀਆ ਵਧੀਆ ਸਿੱਧੂ ਵਰਗਾਂ ਦਾ ਕਰਾਂਗੇ ਅਪਡੇਟ ਵੀਰੇ ਰਿਜ਼ਲਟ ਦੱਸਾਂਗੇ ਗੱਗਾ ਝੋਰਣਾ ਵਧੀਆ ਵਧੀਆ ਗੱਗੇ ਕਾਸ਼ ਲਾਲੀ ਨੈਟ ਤੇ ਅਮਨ ਭਨਿਆਰੀ ਕਹਿ ਦਿੰਦਾ ਕਿ ਨਹੀਂ ਉਹਨੂੰ ਕਹਿ ਖਾਂ ਅਮਰੀਕ ਨੂੰ ਕੋਈ ਨੀ ਕੋਈ ਨੀ ਕੋਈ ਨੀ ਸਤਪਾਲ ਵਡਾਨੀਆ ਵਧੀਆ ਵਧੀਆ ਸਤਪਾਲ ਕੀ ਹਾਲ ਚਾਲ ਹੈ ਵੀਰੇ ਕੁਆਟਰ ਦੀਆਂ ਅਟਾਈਆਂ ਪੈਣ ਲੱਗੀਆਂ ਪੁਆਇੰਟ ਲੱਗ ਗਿਆ ਵੀਰੇ ਇਧਰੋਂ ਕ੍ਰੋਏਸ਼ੀਆ ਬੀ ਦੇ ਵੀ ਉਹ ਬੱਲੇ ਗੌਰਵ ਆਊਟ ਬਾਲ ਵਾਜੀ ਵਾ ਤਰਨਪ੍ਰੀਤ ਵਧੀਆ ਵਧੀਆ ਵੀਰੇ ਕਿੰਨੇ ਉਹਦੇ ਰੁਪਏ 6-2 ਆ ਜੀ 6 ਪੁਆਇੰਟ ਆ ਜੀ 6-2 6-2 ਲਾਈਟਾਂ ਘੱਟ ਨੇ ਹਾਂ ਉਹ ਵੋਲਟੇਜ ਵਧਾ ਦੇ ਉਹਨੂੰ ਕਰੇ ਬਰੀਕ ਥੋੜਾ ਜਿਹਾ ਲਾਈਟ ਘੱਟ ਆ ਵੀਰੇ ਬਬਲਿੰਗ ਬਬਲਿੰਗ ਕਰਦੀ ਹੈ ਕਿ ਬਬਲਿੰਗ ਜਿਹੜੀ ਕਰਦੀ ਹੈ ਲਾਈਟ ਢਿੱਲੋਂ ਸਾ ਕਹਿੰਦੇ ਬੜੀ ਵੋਲਟੇਜ ਜਿਹੜੀ ਵਧਾ ਦਈਏ ਆਪਾਂ ਅਮਰੀਕ ਸਾਡਾ ਵੀ ਥੋੜੀ ਰੇਸ ਕਰ ਦੇਵੇ ਕੁਆਟਰ ਦੀਆਂ ਪਰਚੀਆਂ ਬਣਾ ਲਈਆਂ ਜੀ ਮੈਂ ਦੀਪ ਸਿੰਘ ਵਾਲਾ ਤੇ ਭੱਟੀਆਂ ਦੀ ਜੇਤੂ ਉਧਰ ਤਿੰਨ ਜਿਹੜਾ ਮੈਚ ਚੱਲਦਾ ਨੱਥੂ ਵਾਲਾ ਗਰਬੀ ਦੇ ਲਵਨੀਤ ਕਲੱਬ ਉਹਦੀ ਜੇਤੂ ਨੇ ਖੇਡਣਾ ਤੀਰਤ ਫਿਰੋਜ਼ਸ਼ਾਹ ਦੀ ਟੀਮ ਨਾਲ ਉਹਦੀ ਜੇਤੂ ਚੁੱਗੇ ਦੇ ਫਿਰੋਜ਼ਸ਼ਾਹ ਵੀਰ ਦੀ ਜੇਤੂ ਭਨਿਆਰੀ ਦੀ ਟੀਮ ਲਵਨੀਤ ਕਲੱਬ ਕਾਲੀ ਵਾਲਾ ਗੁਰੀ ਮਦਰਸਾ ਘੱਟਿਆ ਲਈ ਤੇ ਚੱਕ ਕਲਾ ਲੈ ਵੀ ਇਹੀ ਟੀਮਾਂ ਨਾ ਕੁਆਟਰ ਚ ਢਿੱਲੋਂ ਸਾਹਿਬ ਇਹੀ ਰਹਿਣਾ ਘੱਟਿਆ ਲਈ ਚੱਕ ਕਲਾ ਮਦਰਸਾ ਗੁਰੀ ਭਨਿਆਰੀ ਆਹ ਮੈਚ ਦੀ ਜੇਤੂ 2 ਦੀ ਜੇਤੂ ਤੇ ਉਹ ਤੀਰਥ ਤੇ ਉਹ ਮੈਚ ਦੀ ਵਿਨਰ ਲੈ ਵੀ 8 ਪਰਚੀਆਂ ਤਿਆਰ ਨੇ ਵੀਰੇ ਜੇ ਕੋਈ ਵੀਰ ਆਉਣਾ ਚਾਹੁੰਦਾ ਜੇਤੂ ਟੀਮ ਦਾ ਮੋਸਟ ਵੈਲਕਮ ਆ ਸਕਦਾ ਗਰਾਊਂਡ ਚ ਸਭ ਦੇ ਸਾਹਮਣੇ ਕੁਆਟਰ ਦੀਆਂ ਟਾਈਆਂ ਪਾਉਣ ਲੱਗੇ ਆਪਾਂ ਇੱਕ ਇਹ ਖਿਡਾਰੀ ਵੀਰ ਜੇ ਕੋਈ ਆਉਣਾ ਚਾਹੁੰਦਾ ਮੋਸਟ ਵੈਲਕਮ ਆ ਸਕਦੇ ਹੋ ਤੁਸੀਂ ਕੁਆਟਰ ਦੀਆਂ ਪਰਚੀਆਂ ਬਿਲਕੁਲ ਤਿਆਰ ਬਰ ਤਿਆਰ ਨੇ ਮੇਰੀ ਬੇਨਤੀ ਹੈ ਗੁਜ਼ਾਰਿਸ਼ ਹੈ ਵੀਰ ਸਾਡੇ ਆਉਣ ਜਲਦੀ ਦੇ ਨਾਲ ਭੱਜ ਕੇ ਜੇਤੂ ਟੀਮਾਂ ਦਾ ਇੱਕ ਇਹ ਖਿਡਾਰੀ ਆ ਜਾਵੇ ਜਿਹੜੀਆਂ ਕੁਆਟਰ ਦੀਆਂ ਟਾਈਆਂ ਬਿਲਕੁਲ ਤਿਆਰ ਬਰ ਤਿਆਰ ਨੇ 8 ਟੀਮਾਂ ਇਸ ਤੋਂ ਬਾਅਦ ਆ ਮੁੰਡਾ ਮਾਰਾ ਭਨਿਆਰੀ ਵਾਲਾ ਜਿਹੜਾ ਕਦੇ ਲੈ ਵੀ ਜੱਟ ਚੰਡਣ ਵਾਲਿਆ 10 ਖਿੱਚਿਓ ਖਿੱਚਿਓ ਕੰਮ ਨੂੰ ਤਗੜਾ ਜਾ ਮਿੱਤਰਾ 6-2 ਦੀ ਟੱਕਰ ਹੈ 4 ਪੁਆਇੰਟਾਂ ਦਾ ਫਰਕ ਪੈ ਗਿਆ ਹੈ ਸਿਮਰ ਵਾਲੀ ਆ ਪਿਆਸ ਗਵਾਂਢੀ ਪਿੰਡ ਦਾ ਮਾਣ ਹੈ ਵੱਡੇ ਮਾਣ ਕਰਦਾ ਰਹਿੰਦਾ ਖਿਡਾਰੀਆਂ ਦੇ ਉੱਪਰ ਔਰ ਸੱਚਾ ਸੱਚਾ ਜਾ ਪ੍ਰਮੋਟਰਾ ਏਰੀਏ ਦਾ ਸੋਨੀ ਵਰਗੇ ਵੀਰ ਸਾਡੇ ਮੋਨੇ ਵਰਗੇ ਔਰ ਤਾਰਾ ਜੀ ਵੀ ਕਹਿੰਦੇ ਆਏ ਹੋਏ ਆ ਗੱਲਾਂ ਗੱਡੀਆਂ ਨੇ ਔਰ ਲੋਕ ਢਿੱਲੋਂ ਕਹਿੰਦੇ ਮਾਣ ਕਰਦਾ ਕਨੇਡਾ ਚੁੱਕਿਆ ਮੁੰਡਾ ਨੰਬਰ 6 ਤੋਂ ਬਾਅਦ ਹੋ ਗਿਆ ਲੈ ਵੀ ਆਇਆ ਕੋਈ ਨੀ
ਮਦਰੱਸੇ ਵਾਲੇ ਤੁਸੀਂ ਚੱਕ ਦੋ ਪਰਚੀ ਹੁਣ ਕੋਈ ਪਤਾ ਨੀ ਚੱਕ ਦੋ ਚੱਕ ਦੋ ਅੱਗੇ ਗੱਲ ਕਿੱਧਰ ਨੂੰ ਚੱਲੀ ਜਾਣੀ ਹੈ ਸੜਦੇ 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 ਹਾਂਜੀ ਆ ਜਾਓ ਕਿੰਗ ਜੀ ਲਾਭ ਕਿੱਥੇ ਹੈ ਜੀ ਕਿਉਂਕਿ ਹਾਣੇ ਵਾਲਾ ਉਹਨੂੰ ਕਿੰਗ ਜੀ ਚੇਤੇ ਕਰਦੇ ਨੇ ਲੈ ਵੀ ਚਾਰ ਤੇ ਚਾਰ ਅੱਠ ਹੈ ਪਹਿਲਾ ਕੁਆਟਰ ਚੱਕ ਵੀ ਕੀ ਦਾ ਪਾਸੇ ਪਾਸੇ ਭੱਜਣਗੇ ਲੱਗਦਾ ਫਿਰ ਪਹਿਲਾ ਮੈਚ ਜਿਹੜਾ ਆ ਗਿਆ ਨਾ ਜੁਗਣੀ ਫਾਈਨਲ ਤੋਂ ਵੀ ਕੋਈ ਤਗੜਾ ਸੋਚ ਲੂ ਮੈਚ ਹੈ ਚੱਕ ਕਲਾ ਮਦਰੱਸਾ ਤੇ ਚੱਕ ਕਲਾ ਮਦਰੱਸਾ ਤੇ ਚੱਕ ਕਲਾ ਅੱਜ ਮਦਰੱਸਾ ਮਦਰੱਸਾ ਹੋਈ ਪਈ ਹੈ ਜਿਹੜਾ ਮੈਚ ਚੱਲਦਾ ਦੋ ਨੰਬਰ ਗਰਾਊਂਡ ਦੀਪ ਸਿੰਘ ਵਾਲਾ ਤੇ ਭੱਟੀਆਂ ਉਹਦਾ ਮੈਚ ਹੈ ਘੱਟੇ ਵਾਲੀ ਦੇ ਨਾਲ ਅੜਗੇ ਸਿੰਘ ਮਿੱਤਰ ਪਿਆਰਿਓ ਅੜਗੇ ਸਿੰਘ ਕੁੰਡੀਆਂ ਦੇ ਇੱਥੇ ਰੱਖ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਈ ਯਾਰ ਲਾਈਵ ਚ ਤੁਹਾਡੇ ਮੈਂ ਵੀ ਪਹਿਲਾ ਕੁਆਟਰ ਮੈਚ ਨਹੀਂ 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 ਜਸੀ ਲਗਨੀਤ ਕਲੱਬ ਕਾਲੀ ਵਾਲਾ ਤੇ ਦਵਿੰਦਰ ਬਰਾੜ ਕਲੱਬ ਯੂ ਆਪਣੇ ਆਰੀ ਚਾਲੂ ਓਏ ਪਹਿਲਾ ਕੁਆਟਰ ਦੂਜਾ ਦਸਾਂ ਦੇ ਚੱਕ ਕਰਾਂ ਜਿਹੜਾ ਮੈਚ ਚੱਲਦਾ ਦੋ ਨੰਬਰ ਗਰਾਊਂਡ ਭੱਟੀਆਂ ਦੇ ਦੀਪ ਸਿੰਘ ਵਾਲਾ ਇਹਦੀ ਜੇਤੂ ਨੇ ਖੇਡਣਾ ਘੱਟੇ ਵਾਲੀ ਦੇ ਨਾਲ ਪੇਚਾ ਜਿਹੜਾ ਇੱਕ ਨੰਬਰ ਤੇ ਚੱਲਦੇ ਨਾ ਇਹਦੀ ਜੇਤੂ ਟੀਮ ਨਾਲ ਪੈਣਾ ਹੈ ਜਿਹੜੇ ਚਾਰ ਕੁਆਟਰਾਂ ਟੀਮਾਂ ਨੋਟ ਕਰਨਗੀਆਂ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਣ ਲਗਨੀਤ ਕਲੱਬ ਕਾਲੀ ਵਾਲੇ ਦੇ ਖਿਡਾਰੀ ਦਵਿੰਦਰ ਬਰਾੜ ਕਲੱਬ ਨੇ ਹਰੀ ਦੀਆਂ ਟੀਮਾਂ ਇੱਕ ਨੰਬਰ ਦੇ ਨੇੜੇ ਆ ਜਾਣ ਮਦਰੱਸਾ ਦੇ ਚੱਕ ਕਲਾ ਇਹ ਟੀਮਾਂ ਵੀਰ ਜੀ ਦੋ ਨੰਬਰ ਗਰਾਊਂਡ ਚ ਆ ਜਾਣ ਮਦਰੱਸਾ ਤੇ ਚੱਕਾਂ ਵਾਲੇ ਮੁੰਡੇ ਜਿਹੜੇ ਤਿਆਰ ਵਰ ਤਿਆਰ ਰਹਿਣਗੇ ਮੇਰੀ ਗੁਜ਼ਾਰਿਸ਼ ਹੈ ਲੈ ਵੀ ਨੰਬਰ ਲੱਗਾ ਜੱਟਾ ਆ ਜਾਓ ਵੀ ਮਿੱਤਰੋ ਚਾਰ ਅੱਠ ਹੁਣ ਪੈਣਗੇ ਪਟਾਕੇ ਪੈਣਗੇ ਪਟਾਕੇ ਜੱਸੀ ਚੁੱਕਿਆਂ ਦੀ ਟੀਮ ਦੇ ਔਰ ਸੱਤ ਨੰਬਰ ਆ ਫਰੋਸ਼ਾ ਵੀਰੇ ਬੜੀ ਵੱਡੀ ਟੱਕਰ ਆ ਜਨੇਤਪੁਰੀ ਇਹਦੀ ਯਾਰੀ ਪੱਕੀ ਆ ਫੇਰੂ ਸ਼ਹਿਰੀਆਂ ਦੇ ਨਾਲ ਪਰ ਅੱਜ ਸੱਜਣਾ ਸ਼ਰੀਕ ਬਣਿਆ ਬੈਠਾ ਮੁੰਡਾ ਫਿਰੋਜਪੁਰੀਆਂ ਚੁੱਕੇ ਵਾਲੇ ਮੁੰਡਿਆਂ ਨੇ ਉਧਾਰਾ ਮੰਗਿਆ ਆਇਆ ਵੀ ਲੰਬੀਆਂ ਬੈਠਾ ਚੀਰਦਾ ਔਰ ਗੱਲਾਂ ਕਿਵੇਂ ਹੋਣਗੀਆਂ ਚਾਰ ਨੰਬਰ ਚੁੱਕੇ ਵਾਲੇ ਸੱਤ ਫਰੋਸ਼ਾ ਵੀਰੇ ਆ ਔਰ ਰਾਤਾਂ ਢਹਿਣ ਤੇ ਮੈਚ ਕੁਆਟਰ ਖੇਡਣ ਦੇ ਲਈ ਕਹਿਣ ਟੀਮਾਂ ਦੇ ਪਲੇਅਰ ਹੁਣ ਲਾਉਣੀ ਨਹੀਂ ਉਹ ਦੇਰ ਜਿੱਤ ਵਾਲੇ ਝੰਡੇ ਦੇਣੇ ਜੱਟ ਮਿੱਤਰਾ ਹਰ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡ ਮਿੱਤਰਾ ਲੋਕੀ ਕੰਮ ਕਰ ਬੈਠੇ ਸਾਰੇ ਛੱਡ ਮਿੱਤਰਾ ਦੁਨੀਆ ਵਾਲੇ ਕੰਮ ਕਰ ਛੱਡਿਆ ਵੱਡਾ ਕਾਠਾ ਚਾਰ ਚਫੇਰੇ ਤੇ ਸਟੇਜ ਵੀ ਨੱਕੋ ਨੱਕ ਭਰਿਆ ਪਿਆ ਮੇਰੇ ਮਿੱਤਰੋ ਰੌਣਕਾਂ ਵੱਡੀਆਂ ਨੇ ਚਾਰ ਤੇ ਚਫੇਰੇ ਬੈਠੇ ਆ ਭਰਾ ਸਾਡੇ ਤਲਵੱਡੀ ਵਾਲਾ ਜੀਤ ਫੈਸਲੇ ਕਰ ਗਿਆ ਵੀ ਪਿੰਡਾ ਗਲਤੀ ਕਰ ਬੈਠਾ ਸੱਤ ਫਰੋਸ਼ਾ ਵੀਰੇ ਔਰ ਚਾਰ ਨੰਬਰ ਆ ਚੁੱਕਿਆਂ ਦੇ ਉਧਰ ਦੋ ਨੰਬਰ ਗਰਾਊਂਡ ਚ
ਜਿਹੜੀ ਟੀਮ ਜਿੱਤ ਗਈ ਦਵਿੰਦਰ ਬਰਾੜ ਵਧੀਆ ਵਧੀਆ ਵੀਰੇ ਬਰਾੜ ਸਾਹਿਬ ਕੀ ਹਾਲ ਚਾਲ ਦਵਿੰਦਰ ਬਰਾੜ ਕਲੱਬ ਦਵਿੰਦਰ ਬਰਾੜ ਜੀ ਕੀ ਹਾਲ ਚਾਲ ਬਿਲਕੁਲ ਨੇੜੇ ਰਹਿਣ ਇਸ ਤੋਂ ਬਾਅਦ ਪਹਿਲਾ ਕੁਆਟਰ ਕਰਾਵਾਂਗੇ ਅਭਿਸ਼ੇਕ ਬਾਸੂ ਰਵਿੰਦਰ ਬਰਾੜ ਨੰਬਰ ਗਰਾਊਂਡ ਤੇ ਬੁੱਢਾ ਜੀ ਰੈਫਰੀ ਨੇ ਸੇਵ ਕਮਾਨ ਵਧੀਆ ਵਧੀਆ ਵੀਰੇ ਬਹੁਤ ਬਹੁਤ ਧੰਨਵਾਦ ਬੁੱਢੇ ਦਾ ਅਗਲਾ ਮੈਚ ਉਹਦਾ ਰੈਫਰੀ ਲਾ ਦਈਏ ਆਪਾਂ ਪਿਆਸ ਸਿਮਰੇ ਵਾਲਾ ਜ਼ਰੂਰ ਵੀਰ ਮੇਰੇ ਪਿਆਸ ਨੰਬਰ ਗਰਾਊਂਡ ਦਾ ਰੈਫਰੀ ਆਪਾਂ ਚੇਂਜ ਕਰ ਦਈਏ ਪਿਆਸ ਜੀ ਉਹਨਾਂ ਦਾ ਮੈਚ ਹੈ ਅਗਲਾ ਔਰ ਬੁੱਢਾ ਜੀ ਕਹਿੰਦੇ ਮੈਨੂੰ ਥੋੜੀ ਥੋੜੀ ਨੀਂਦ ਆਉਂਦੀ ਹੈ ਪਿਆਸ ਜਲਦੀ ਦੇ ਨਾਲ ਵੀਰ ਮੇਰੇ ਉੱਧਰ ਰੈਫਰੀ ਦੇ ਕਰ ਬਦਲ ਦਈਏ ਆਪਾਂ ਤਿੰਨ ਨੰਬਰ ਗਰਾਊਂਡ ਦੇ ਉੱਪਰ ਪਿਆਸ ਨੂੰ ਕਹਿ ਖਾ ਮੇਰੀ ਬੇਨਤੀ ਪਿਆਸ ਆਪੇ ਉੱਥੇ ਰੈਫਰੀ ਕਰਕੇ ਆ ਸਾਡੇ ਉਹ ਤੇ ਓਏ ਮੁੰਡਾ ਹੋਰ ਲਾ ਦੇ ਰੈਫਰੀ ਹਰਿਆਰੀ ਦੇ ਖਿਡਾਰੀ ਔਰ ਜਲਦੀ ਦੇ ਨਾਲ ਵੀਰ ਮੇਰੇ ਕਾਲੀਆ ਰੈਫਰੀ ਬਦਲਿਆ ਜਾ ਕੇ ਬੁੱਢੇ ਨੂੰ ਇਹ ਟੀਮਾਂ ਜਿਹੜੀਆਂ ਤਿੰਨ ਨੰਬਰ ਗਰਾਊਂਡ ਦੇ ਨੇੜੇ ਆ ਜਾਣ ਮੇਰੀ ਬੇਨਤੀ ਹੈ ਭਰਾਵਾਂ ਦੇ ਲਈ ਖੇੜਾ ਬਾਈ ਖੇੜਾ ਸਾਹਿਬ ਗਰਾਊਂਡ 'ਚ ਬੁੱਢਾ ਜੀ ਸਭਾ ਖੇੜਾ ਸਾਹਿਬ ਲਾਈਵ ਹੈ ਉਧਰ ਭਰਾ ਆਪਣੇ ਰੈਫਰੀ ਆਪਾਂ ਬਦਲੀਏ ਕੁਲਵੀਰ ਬਰਾੜ ਖੇੜਾ ਜੀ ਸਾਡੇ ਬਹੁਤ ਵੱਡੇ ਪ੍ਰਮੋਟਰ ਹੈ ਖੇਡ ਵਾਲੀਬਾਲ ਦੇ ਉਹ ਵੀ ਵੱਡੀਆਂ ਮੁਬਾਰਕਾਂ ਦਵਿੰਦਰ ਬਰਾੜ ਜਰੀਏ ਇਸ ਵੱਡੇ ਖੇਡ ਮੇਲੇ ਦੇ ਉੱਪਰ ਦਵਿੰਦਰ ਢੱਲੋਂ ਵਧੀਆ ਵਧੀਆ ਵੀਰੇ ਇਸ ਮੇਲੇ ਨੂੰ ਖੇੜਾ ਸਾਹਿਬ ਵਧੀਆ ਵਧੀਆ ਜੀ ਦਵਿੰਦਰ ਬਾਈ ਯੂ ਐਸ ਏ ਵਾਲਿਓ ਕੀ ਹਾਲ ਚਾਲ ਗਗਨ ਸੰਧਾ ਵਧੀਆ ਵੀਰੇ ਉਧਰ ਸਵਪਨ ਕੈਨੇਡਾ ਤੇ ਨਾਲ ਗਿੱਧਾ ਸਾਡਾ ਵੀਰ ਘੁਗਿਆਣੇ ਵਾਲਾ ਉਹ ਵੀਰ ਕਹਿੰਦੇ ਵੀ ਗੁਰਪਿਆਰ ਜਿੱਤੇ ਭਾਵੇਂ ਜੱਸੂ ਜਿੱਤੇ ਆ ਚੱਲਦਾ ਮੈਚ ਆਪਾਂ 3100 ਦੇ ਮਾਣ ਕਰ ਦੇਣੇ ਆ ਭਾਵੇਂ ਜੰਡ ਵਾਲੇ ਦਾ ਗੁਰਪਿਆਰ ਜਿਤਾਵੇ ਤੇ ਭਾਵੇਂ ਨੱਥੂ ਵਾਲੀ ਆ ਜੱਸੂ ਜਿੱਤੇ ਚੱਲਦੇ ਮੈਚ ਦੇ ਵਿੱਚੋਂ ਤੇ 3100 ਸਵਪਨ ਸਾਡਾ ਵਧੀਆ ਵਧੀਆ ਵੀਰੇ ਗਿੱਧਾ ਜੀ ਲੈ ਵੀ ਪੁਆਇੰਟ ਕਿੰਨੇ ਆ 9 ਤੇ 12 ਨੌ ਨੰਬਰ ਆ ਨੱਥੂ ਵਾਲੇ ਦੀ ਟੀਮ ਦੇ ਤੇ 12 ਪੁਆਇੰਟ ਆ ਜਿਹੜੇ ਲਵਨੀਤ ਕਲੱਬ ਦੇ ਆਪਾਂ ਚਾਹ ਪੀ ਲੈ ਇੱਕ ਮਿੰਟ ਮੈਂ ਆਉਣਾ ਸੀ ਯਾਰ ਓਏ ਆਉਣਾ ਸੀ ਮੇਰਾ ਬੁਖਾਰ ਨੂੰ ਬੜਾ ਨਜਾਇਆ ਜ਼ਿਆਦਾ ਚੜ ਗਿਆ ਸੁੱਖੂ ਨੂੰ ਪੁੱਛੀ ਮੈਂ ਕੀ ਕਿਹਾ ਸੁੱਖੂ ਨੂੰ ਲੈ ਵੀ ਪਾਲਾ ਜੀ ਉਹਦਾ ਵੀ ਹੁਣ ਵੱਡਾ ਅਗਲਾ ਮੈਚ ਹੈ ਸੁੱਖੂ ਨੂੰ ਤਾਂ ਪੁੱਛੀ ਵੀ ਮੈਂ ਕੀ ਕਿਹਾ ਲਾਉਣੇ ਰੈਫਰੀ ਹੋਰ ਲਾਉਣੇ ਤੇਰਾ ਤੇ ਮੇਰਾ ਕੋਈ ਫਰਕ ਹੈ ਤੇਰਾ ਤੇ ਮੇਰਾ ਫਰਕ ਨਹੀਂ ਹੈ ਮੈਂ ਜ਼ਿਆਦਾ ਮਜਬੂਰ ਸੀ ਨਜਾਇਜ਼ ਜ਼ਿਆਦਾ ਮਜਬੂਰ ਸੀ ਮੈਂ ਆਖਿਆ ਚੱਲ ਹੁਣ ਉੱਧਰ ਬਿਜ਼ੀ ਹੁੰਦਾ ਹੁੰਦਾ ਵਿਆਹ ਦੇ ਵਿੱਚ ਯਾਰ ਬੰਦਾ 100 ਬਿਜ਼ੀ ਹੁੰਦਾ ਹੈਗਾ ਮੈਂ ਕੋਈ ਨਹੀਂ ਮਿਲਾਂਗੇ ਆਪਾਂ ਕੋਈ ਚੱਕਰ ਗੁਰੀ ਦਾ ਹੋਣਾ ਚੱਲ ਗੁਰੂ ਨੂੰ ਕੰਮ ਕਰੀ ਮੈਂ ਜ਼ਰੂਰ ਆਉਣਾ ਸੀਗਾ ਮੈਂ ਬਿਮਾਰ ਲੋੜਿਆਂ ਦਾ ਮੈਨੂੰ ਬੁਖਾਰ ਚੜਦਾ ਲੋੜਿਆਂ ਦਾ ਹੱਦ ਤੋਂ ਜ਼ਿਆਦਾ ਹਾਂਜੀ ਮੋਨਾ ਭਰਾ ਮੋਨੂ ਬਾਈ ਕਿਵੇਂ ਹੋ ਹਾਂਜੀ ਕੀ ਪ੍ਰੋਗਰਾਮ ਆ ਸਵੇਰ ਦਾ ਪੱਕੀ ਗੱਲ ਹੈ ਨਹੀਂ ਕੋਈ ਚੱਕਰ ਨਹੀਂ ਯਾਰ ਮੋਨੂ ਤੁਸੀਂ ਮਾਣ ਕਰਦੇ ਆ ਭਰਾ ਯਾਰ ਠੀਕ ਹੈ ਨਾ ਪਤਾ ਨਹੀਂ ਜਿਉਣਾ ਕਿ ਮਰਨਾ ਪਰ ਇਹ ਗੱਲਾਂ ਵੱਡੀਆਂ ਹੋ ਜਾਂਦੀਆਂ ਬਬਲੂ ਹੋ ਜਾਣਾ ਹੋ ਜਾਣਾ ਸਹੀ ਹੈ ਗਰਾਊਂਡ ਗਰੂੰਡ ਵਧੀਆ ਬਣਾ ਲੈਣੇ ਅਸੀਂ
ਉਹ ਵਧੀਆ ਮੈਨੂੰ ਉਹ ਮੈਚ ਕਰਾ ਦੇ ਯਾਰ ਇੱਕ ਉਹਨਾਂ ਦਾ ਯਾਰ ਸਿੱਧੂ ਹੋਰਾਂ ਦਾ ਮੈਚ ਲੈ ਵੀ ਪੰਗੂ ਘੱਟਿਆਂ ਲਈ ਰੈਫਰੀ ਲਾਤਾ ਵੀਰੇ ਬੁੱਢਾ ਜੀ ਤੁਸੀਂ ਅਰਵਿੰਦਰ ਨੂੰ ਵਾਰਮ ਅਪ ਕਰ ਲਓ ਆ ਗਿਆ ਆ ਗਿਆ ਇੱਥੇ ਡੀਸੀ ਕਿੰਨੇ ਕਿੰਨੇ ਪੁਆਇੰਟ ਦੇ ਸੱਤ ਕਿੱਧਰ ਆ ਛੇ ਜਾਦੀ ਵਾਹ ਉਹ ਸਿੰਮੀ ਬੋਟਿਆ ਅੱਠ ਨੌ ਹੋ ਗਏ ਵਿੱਕੀ ਚੇਂਜ ਹੋ ਗਈ ਵਿੱਕੀ ਅੱਠ ਨੌ ਆ ਅੱਠ ਪੁਆਇੰਟ ਆ ਭੱਟੀਆਂ ਦੇ ਨੌ ਨੰਬਰ ਆ ਦੀਪ ਸਿੰਘ ਵਾਲੇ ਦੇ ਮੁੰਡੇ ਭੱਟੀਆਂ ਵਾਲੇ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਆ ਇਹ ਆ ਨੌਜਵਾਨ ਭੱਟੀਆਂ ਢਾਹਾ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਆਹ ਸਖਸ਼ਾਂ ਵਰਗੇ ਨੌਜਵਾਨ ਇਧਰਲੇ ਪਾਸੇ ਸਿੰਮੀ ਮੋਟੇ ਵਰਗੇ ਮੁੰਡੇ ਜੱਸੇ ਵਰਗੇ ਆਹ ਕੋਮਲ ਵਰਗੇ ਨਾਮੇ ਵਰਗੇ ਬੜੀ ਵੱਡੀ ਟੀਮ ਨੂੰ ਟੱਕਰ ਦੇ ਰਹੇ ਆ ਨੌ ਪੁਆਇੰਟ ਦੀਪ ਸਿੰਘ ਵਾਲੇ ਦੇ ਔਰ ਅੱਠ ਨੰਬਰ ਆ ਭੱਟੀਆਂ ਜਿਹੜਾ ਚਿੱਟੀਆਂ ਦੇ ਪੇਚਾ ਘੱਟਿਆ ਵਾਲੀ ਨਾ ਪੈਣਾ ਸੁੱਖ ਅੱਗੇ ਵੀ ਨੀ ਹੈਗੀ ਉਧਰ ਜਿਹੜਾ ਕਹਿੰਦੇ ਤਿੰਨ ਨੰਬਰ ਗਰਾਊਂਡ ਦਾ ਮੈਚ ਚੱਲ ਰਿਹਾ ਮੈਨੂੰ ਲੱਗਦਾ 12 ਪੁਆਇੰਟ ਆ ਲਵਨੀਤ ਕਲੱਬ ਸਲੇਮ ਸ਼ਾਹ ਦੇ ਤੇ 9 ਨੰਬਰ ਜਿਹੜੇ ਉੱਥੂ ਵਾਲਾ ਗਰਬੀ ਦੀ ਟੀਮ ਦੇ ਨੇ 9 ਤੇ 12 ਦੀ ਉਧਰ ਟੱਕਰ ਆ ਇਧਰ ਬਾਲ ਸਿੰਮੀ ਕਹਿੰਦੇ ਫਿਰ ਨੌਜਵਾਨ ਨੇ ਮਾਰ ਗਿਆ ਕਮਾਲ ਕਰ ਦਿੱਤੀ ਆ ਅੱਠ ਭੱਟੀਆਂ ਦੇ 9 ਪੁਆਇੰਟ ਆ ਦੀਪ ਸਿੰਘ ਵਾਲੇ ਦੇ ਔਰ ਮੇਰੇ ਮਿੱਤਰੋ ਸਰਵਿਸ ਜਿਹੜੀ ਚੇਂਜ ਹੈ ਸਰਵਿਸ ਚੇਂਜ ਕੈਲਪੁਰੀਆ ਨਾਮਾ ਸਰਵਿਸ ਕਰ ਗਿਆ ਹੈ ਲੈ ਵੀ ਸਖਸ਼ਮ ਜੋਰ ਉਹ ਮਿੱਤਰਾ 9ਵਾਂ ਨੰਬਰ ਆਪਣੀ ਟੀਮ ਦੇ ਲਈ ਦਲਰਾਜ ਵੇਹਦਾ ਆਉਣਾ ਹੈ ਆਹ ਬਾਬਾ ਦੀਪ ਸਿੰਘ ਕਲੱਬ ਦੇ ਖਿਡਾਰੀ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਆ ਮੁੰਡੇ ਨਿੱਕੀ ਨਿੱਕੀ ਉਮਰ ਆ ਪਰ ਤਜਰਬਾ ਕਹਿੰਦੇ ਬਹੁਤ ਵੱਡਾ ਇਕੱਠਾ ਕਰ ਲਿਆ ਖੇਡ ਖੇਡ ਕੇ ਪੰਜਾਬ ਹਰਿਆਣੇ ਦੇ ਕੋਨੇ ਕੋਨੇ ਵਿੱਚ ਆਹ ਭੱਟੀਆਂ ਵਾਲੇ ਮੁੰਡਿਆਂ ਦੇ ਹੌਸਲੇ ਬੁਲਾਉਂਦਾ ਹੈ ਆਹ ਕੋਮਲਾ ਜੀ ਨੇ ਬੱਲ ਸਿੱਟ ਲਿਆ ਤੇ 9-9 ਨੰਬਰ ਹੋ ਗਏ ਆ ਇੱਕ ਮੇਰੀ ਬੇਨਤੀ ਹੈ ਗੁਜ਼ਾਰਿਸ਼ ਹੈ ਜਿੰਨੇ ਦਰਸ਼ਕ ਜੇ ਤੁਸੀਂ ਵਾਲੀਬਾਲ ਖੇਡ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਤਾੜੀ ਯਾਰ ਭੱਟੀਆਂ ਵਾਲੇ ਮੁੰਡਿਆਂ ਲਈ ਜ਼ਰੂਰ ਮਾਰ ਦਿਓ ਸਾਰੇ ਵੀਰ ਹਰ ਇੱਕ ਮੇਲੇ ਦੇ ਟੀਮ ਆਉਂਦੀ ਹੈ ਭਾਵੇਂ ਜਿੱਤਣ ਭਾਵੇਂ ਹਾਰਨ ਭਾਵੇਂ ਮੈਚ ਤਗੜਾ ਲਾਉਣ ਭਾਵੇਂ ਮੈਚ ਮਾੜਾ ਲਾਉਣ ਪਰ ਮੁੰਡੇ ਜਿੰਨਾ ਕਮੇਟੀ ਵਾਲੇ ਖਰਚਾ ਪਾਣੀ ਫੜਾ ਦਿੰਦੇ ਆ ਔਰ ਕਦੇ ਮੱਥੇ ਵੱਟ ਨਹੀਂ ਪਾਉਂਦੇ ਜੇ ਕਿਸੇ ਨੇ 500 ਦੇ ਤਾਂ 1000 ਦੇ ਤਾਂ ਚੁੱਪ ਕਰਕੇ ਜੇਬ ਚ ਪਾ ਕੇ ਪੈਸੇ ਵਾਪਸ ਮੁੜ ਜਾਂਦੇ ਆ ਇਹ ਨਹੀਂ ਕਹਿੰਦੇ ਵੀ ਅਸੀਂ ਬਾਹਲੀ ਦੂਰੋਂ ਆਏ ਸੀਗੇ ਪਰ ਮੁੰਡੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲੱਗ ਗਏ ਅੱਜ ਕੱਲ ਹਰ ਇੱਕ ਮੇਲੇ ਦੇ ਖੇਡਣ ਲਈ ਪੁੱਜਦੇ ਨੇ 9 ਨੰਬਰ ਹੀ ਦੀਪ ਸਿੰਘ ਵਾਲੇ ਦੇ ਤੇ 9 ਪੁਆਇੰਟ ਹੀ ਜਿਹੜੇ ਭੱਟੀਆਂ ਦੀ ਟੀਮ ਦੇ ਆ ਲੈ ਵੇ ਕਾਸੂ ਵੇਗੂ ਵਾਲਿਆ ਦਿਨ ਖੜਾ ਸੀ ਜਦੋਂ ਮੈਚ ਚੱਲਿਆ ਭਣਿਆਰੀ ਸਲੇਬ ਸਾਹ ਤੇ ਨੱਥੂ ਵਾਲੇ ਦਾ ਹਲੇ ਨੰਬਰ ਮੇਰੇ ਖਿਆਲ ਦੇ ਵਿੱਚ 9 ਤੇ 12 ਹੀ ਹੋਏ ਹੈ 12 ਨੰਬਰ 14 ਦੇ 14 ਨੰਬਰ ਹੋ ਗਏ ਬੁੱਕੀ 14 ਨੰਬਰ ਹੈ ਸਲੇਮ ਸਾਹ ਦੇ ਤੇ 9 ਨੰਬਰ ਹੈ ਨੱਥੂ ਵਾਲਾ ਗਰਬੀ ਦੇ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਹਲੇ ਇੱਕ ਘੰਟਾ ਇਸ ਮੈਚ ਨੂੰ ਕਹਿੰਦੇ ਹੋਰ ਲੱਗ ਸਕਦਾ ਹੈ ਟਾਲੀ ਵਾਲਾ ਕਿਰਤ ਸਾਡਾ ਵੀਰ ਬੁੱਢੇ ਦੇ ਨਾਲ ਸੰਪਰਕ ਕਰ ਲਏ ਟਾਲੀ ਵਾਲਾ ਕਿਰਤ ਸਾਡਾ ਭਰਾ ਰੰਜੀਤ ਨੇ ਮੰਗਿਆ
ਲੈ ਵੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਉਧਰ, ਤਿੰਨ ਨੰਬਰ ਤੇ ਦੱਸੀ ਪੱਲੂ, 14 ਨੰਬਰ ਹੋ ਗਏ ਆ ਸਲੇਮ ਸ਼ਾਹ ਦੇ ਮੁੰਡਿਆਂ ਦੇ, ਔਰ 9 ਪੈਣਾ ਨੱਥੂਗੜ ਦੇ ਨੰਬਰ, ਲੱਗਦਾ ਵੀ 15 ਜੁੜ ਗਿਆ, 15 ਤੇ 9 ਦੀ ਟੱਕਰ ਹੈ। ਜੇਤੂ ਟੀਮ ਕਿਰਪਾ ਕਰਕੇ ਗਰਾਊਂਡ 'ਚ ਹੀ ਰਵੇ, ਫਿਰੋਜ਼ਸ਼ਾਹ ਤੀਸ ਦੇ ਖਿਡਾਰੀ ਗਰਾਊਂਡ ਨੰਬਰ 3 ਦੇ ਨੇੜੇ ਆ ਜਾਣ, ਜੇਤੂ ਟੀਮ ਜਿਹੜੀ ਉਹ ਕਿਰਪਾ ਕਰਕੇ ਗਰਾਊਂਡ 'ਚ ਰਵੇ 3 ਨੰਬਰ ਦੇ ਵਿੱਚ, ਫੇਰੂ ਸ਼ਹਿਰ ਤੀਸ ਦੀ ਟੀਮ ਜਿਹੜੀ ਉਹ 3 ਨੰਬਰ ਗਰਾਊਂਡ ਦੇ ਵਿੱਚ ਆ ਜਾਵੇ। ਮੈਂ ਬੇਨਤੀ ਕਰਦਾ, ਗੁਜ਼ਾਰਿਸ਼ ਕਰਦਾ ਵੀਰਾਂ ਨੂੰ ਇਹ ਜਲਦੀ ਨਾਲ ਵੀਰ ਸਾਡੇ ਆਉਣਗੇ, ਮੈਚ 2 ਨੰਬਰ ਤੇ ਵੀ ਬਹੁਤ ਤਗੜਾ ਹੈ, 1 ਨੰਬਰ ਤੇ ਵੀ ਵੱਡੀ ਟੱਕਰ ਹੈ। ਭੇਜਾ ਬਾਈ ਜੀ ਪੁੱਛੋ ਕਿੰਨੇ ਕਿੰਨੇ ਪੈਣ ਜੱਟ, ਇਧਰ ਡੀਸੀ ਇਧਰ ਲਾਈਵ ਕਰਦਾ 2 ਨੰਬਰ ਤੇ, 12 4 ਨੇ, ਵੱਡਾ ਫਰਕ ਪੈ ਗਿਆ, 12 ਪੈਣਾ ਫਿਰੋਜ਼ਸ਼ਾਹ ਵੀਰੇ, ਔਰ 4 ਨੰਬਰ ਆ ਚੁੱਗਿਆਂ ਦੇ ਖਿਡਾਰੀਆਂ ਦੇ, 12 ਤੇ 4 ਦੀ ਟੱਕਰ ਹੈ, ਵੱਡੇ ਫਰਕ ਪੈ ਗਏ ਆ। ਚੰਦਬਾਜੇ ਵਾਲਾ ਨੌਜਵਾਨ ਕੋਸ਼ਿਸ਼ ਕਰਦਾ ਹੈ, ਲੈ ਵੀ ਜਨੇਤਪੁਰੇ ਵਾਲਿਆ ਤੂੰ ਰਗ ਰਗ ਦਾ ਭੇਤੀ ਆ, ਫੇਰੂ ਸ਼ਹਿਰੀਆਂ ਦਾ ਸਿੱਧੂ ਇੱਧਰ ਕਮਾਲ ਕਰਦੀ ਹੈ, ਬੰਗੀ ਵਾਲੇ ਦੇ ਬਾਲ ਲੱਗ ਗਈ ਹੈ। ਲੈ ਵੀ 10 ਬੱਗੀ ਨੰਬਰ ਕਿੰਨੇ ਕਿੰਨੇ ਹੋ ਗਏ ਹੈ, ਮੈਨੂੰ ਲੱਗਦਾ ਵੀ 15 ਕੇ 16 10 16 ਤੇ 9 16 ਤੇ 9 16 ਤੇ 9 ਦੀ ਟੱਕਰ ਹੈ, ਬੜਾ ਤਕੜਾ ਮੈਚ ਹੈ। ਲੈ ਵੀ ਸਵਾਜ 2 ਨੰਬਰ ਦੇ ਵਿੱਚ ਕੀ ਲੇਖਾ ਜੋਖਾ ਗੱਲ ਕਿੱਥੇ ਜੇ ਖੜੀ ਹੈ, ਵਿੱਕੀ 9 ਹੀ ਆ, 10 9 10 ਪੈਣਾ ਦੀਪ ਸਿੰਘ ਵਾਲੇ ਦੇ, ਤੇ ਉਧਰ 1 ਦੇ ਵਿੱਚ ਕੀ ਚੱਲਦਾ ਹੈ, ਉਧਰ ਮਿਲਾਵਾ 12 4 ਨੇ, ਭੇਜਾ ਬਾਈ ਜੀ 13 ਹੋ ਗਏ ਹੁਣ ਜੱਟ, ਸਹਿਬਾਈ ਕਿਹਦਾ ਮੈਚ ਰਹਿੰਦੇ ਤੋਂ ਬਾਅਦ, 14 4 ਪਨਿਹਾਰੀ ਦੇ ਕਾਲੀ ਵਾਲਾ ਮਦਰਸਾ ਤੇ ਚੱਕ ਕਲਾਂ, 2 ਨੰਬਰ ਦੀ ਜੇਤੂ ਤੇ ਘੱਟਿਆ ਲਈ, ਔਰ ਜਿਹੜਾ ਹੁਣ ਮੈਚ ਚੱਲਦਾ ਨੱਥੂ ਵਾਲਾ ਗਰਬੀ ਦੇ ਸਲੇਮ ਸ਼ਾਹ ਦੀ ਜੇਤੂ ਤੀਰਥ ਦੇ ਨਾਲ, ਉਹਦੀ ਜੇਤੂ 1 ਨੰਬਰ ਦੀ ਜੇਤੂ ਦੇ ਨਾਲ ਭਿੜੇ ਕੀ ਗੱਲਾਂ ਹੋਣਗੀਆਂ। ਲੈ ਵੀ ਜਲਦੀ ਦੇ ਨਾਲ ਵੀਰ ਮੇਰੇ ਗਰਾਊਂਡਾਂ ਦੇ ਵੱਲ ਆ ਜਾਣਗੇ, 1 ਨੰਬਰ ਗਰਾਊਂਡ ਦੇ ਨੇੜੇ ਆਓ ਜੀ, ਪਨਿਹਾਰੀ ਤੇ ਕਾਲੀ ਵਾਲਾ, ਇਹ ਟੀਮਾਂ ਕਿਰਪਾ ਕਰਕੇ 1 ਨੰਬਰ ਗਰਾਊਂਡ ਦੇ ਨੇੜੇ ਆ ਜਾਓ, ਬਹੁਤ ਵਧੀਆ ਮੈਚ ਖੇਡਿਆ ਜਾਣਾ, ਜਲਦੀ ਦੇ ਨਾਲ ਟੀਮਾਂ ਦੇ ਖਿਡਾਰੀ ਨੇੜੇ ਰਹਿਣਗੇ। ਆਓ ਚੰਦਵਾਜੇ ਵਾਲਾ ਧਰਤੀ ਧੱਕ ਕਹਿੰਦੀ ਆ ਦੁਨੀਆ, ਪਰ ਬਾਲ ਆਊਟ ਤੇ ਸਫਲਤਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ। ਲਵੀ ਸੋਨੀ 1 ਮਾਰਚ ਨੂੰ, ਠੀਕ ਹੈ, ਉਧਰ ਬਹੁਤ ਵੱਡੇ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ, ਚੁੱਗਿਆਂ ਵਾਲਾ ਪਿੰਡਾਂ ਨਾਲ ਪਿੰਡਾਂ ਦਾ ਬਹੁਤ ਵਧੀਆ ਖਿਡਾਰੀ ਹੈ, ਲੰਬੇ ਟਾਈਮ ਤੋਂ ਮੁੰਡਾ ਖੇਡਦਾ ਆ ਰਿਹਾ ਹੈ, 5 ਗਰਾਈ ਧਰਤੀ ਦੇ ਬਹੁਤ ਤਗੜਾ ਮੈਚ ਲਾਇਆ ਚੁੱਗਿਆਂ ਅਨੋਖ ਵਰਗੇ, ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਬਾਬਾ ਫਰੀਦ ਸਪੋਰਟਸ ਕਲੱਬ, ਬਾਬਾ ਫਰੀਦ ਸਪੋਰਟਸ ਕਲੱਬ ਤੇ ਨੋਕ ਢਿੱਲੋ ਕਲੱਬ ਦੇ, ਹਾਂਜੀ ਹਾਂਜੀ ਵੀਰੇ ਗਰਜੰਟ ਜੱਸੀ ਧਾਲੀਵਾਲ, ਬੇਸ਼ੱਕ 3 ਨੰਬਰ ਤੇ ਕਰਦੇ ਆ ਪਤਾ ਵੀਰੇ, ਖੰਨੇ ਵਾਲਾ ਮੁੰਡਾ ਲਾਈਵ ਹੈ, ਪਰ ਪਿੰਡਾ ਬਹੁਤ ਤਗੜਾ ਖੇਡਿਆ। 1 ਮਾਰਚ ਨੂੰ ਦੀਪ ਸਿੰਘ ਵਾਲੇ ਪਿੰਡ ਦੇ ਵਿੱਚ ਤੁੱਗਿਆਂ ਵਾਲੇ ਪਿੰਡੇ ਦਾ ਸਨਮਾਨ, ਬਾਬਾ ਫਰੀਦ ਕਲੱਬ ਤੇ ਅਨੋਖ ਢਿੱਲੋ ਕਲੱਬ ਵਧੀਓ, 1 ਮੋਟਰਸਾਈਕਲ ਨਾਲ ਕੀਤਾ ਜਾਣਾ ਯਾਰ, ਤਾੜੀ ਮਾਰੋ ਜਿਹੜੇ ਜਿਹੜੇ ਪਿੰਡੇ ਨੂੰ ਪਿਆਰ ਕਰਦੇ ਆ, ਪਿੰਡੇ ਨੂੰ ਗੱਡੀਆਂ ਮੁਬਾਰਕਾਂ, 1 ਮਾਰਚ ਨੂੰ ਮੋਟਰਸਾਈਕਲ ਦੇ ਨਾਲ ਓਕੇ ਓਕੇ ਓਕੇ, ਜੱਸੀ ਪਿਆਰ ਜਿਹੜੇ ਪਿੰਡੇ ਨੂੰ ਜਾਣੇ ਆ,
ਬਾਹਰ ਗੱਲਾਂ ਜਿਹੜੀਆਂ ਲੱਗ ਰਹੀਆਂ ਟਿਕਾਣੇ ਬੋਲਦੇ ਵੀਰੇ ਕਹਿ ਦਿੰਦੇ ਮੈਂ ਜੱਸੀ ਵੇਟ ਕਰ ਵੀਰੇ ਬਾਲਾਂ ਹੈਪੀ ਬਰਾੜ ਦੇ ਨਾਲ ਗਿੱਧਾ ਵੇਟ ਜੱਸੀ ਕਹਿਣਾ ਹਰਪ੍ਰੀਤ ਪੰਜ ਬਾਲਾਂ ਸੇਮੇ ਦੀਆਂ 11 ਸੌ ਦੀਆਂ ਹੋਣਗੀਆਂ ਬਹੁਤ ਧੰਨਵਾਦ ਹਰਪ੍ਰੀਤ ਬਾਬਾ ਗਰੇਵਾਲ ਵਧੀਆ ਵਧੀਆ ਬਾਬਾ ਗਰੇਵਾਲ ਬਾਈ ਕੀ ਹਾਲ ਚਾਲ ਪੰਦਰਾਂ ਤੇ ਚਾਰ ਦੀ ਟੱਕਰ ਪੰਦਰਾਂ ਚਾਰ ਵੱਡਾ ਫਰਕ ਪੈ ਗਿਆ ਉਧਰ 15 ਪੁਆਇੰਟ ਅਪਰੋਚ ਆ ਵੀ ਦੇ 4 ਪੁਆਇੰਟ ਕੈਮੇ ਸਾਹਮਣੇ ਚੁੱਕਿਆ ਦੇ ਜਿਹੜੇ ਚੁੱਕਿਆ ਦੀ 15 ਚਾਰ ਪੜਿਆਰੀ ਵਾਲਾ ਅਮਨ ਨੌਜਵਾਨ ਅੱਜ ਵੱਡੀ ਟੀਮ ਦਾ ਵੱਡਾ ਹਿੱਸਾ ਬਣ ਕੇ ਖੇਡਦਾ ਵੱਡੇ ਮਾਣ ਵਾਲੀ ਗੱਲ ਹੈ ਖੇਡ ਦੇ ਮੈਦਾਨ ਦੇ ਵਿੱਚ ਔਰ ਇੱਧਰ ਦੱਸੋ ਵਿੱਕੀ ਜੀ ਕਿੰਨੇ ਕਿੰਨੇ ਪੁਆਇੰਟ ਦੇ ਜੀਤਰਾਮਾ ਹੌਲਦਾਰ ਨਹੀਂ ਆਇਆ ਨਹੀਂ ਆਇਆ 13 ਪੁਆਇੰਟ ਆ ਦੀਪ ਸਿੰਘ ਵਾਲੇ ਦੇ ਔਰ 9 ਪੁਆਇੰਟ ਜਿਹੜੇ ਭੱਟੀਆਂ ਦੀ ਟੀਮ ਦੇ ਆ ਉਧਰ ਵੀ ਪੰਬੂ ਜੀ ਦੱਸ ਦਿਓ ਸਾਹਮਣੇ ਕਿੰਨੇ ਕਿੰਨੇ ਪੁਆਇੰਟ ਹੋ ਗਏ ਡਾਰੇ ਪੁੱਛੀ ਕਿੰਨੇ ਕਿੰਨੇ ਪੁਆਇੰਟ ਦੇ ਹਾਂਜੀ ਹਾਂਜੀ ਵੀਰੇ ਬਿਲਕੁਲ ਬਿਲਕੁਲ 17 1 ਮਾਰਚ ਨੂੰ ਦੀਪ ਸਿੰਘ ਵਾਲੇ 17 ਵਧੀਆ ਵਧੀਆ ਜੀਤਰਾਮ ਝੱਖੜ ਵਾਲਾ ਵਧੀਆ ਵਧੀਆ ਜੀਤ ਅਨੂਪ ਢਿੱਲੋਂ ਕਲੱਬ ਦੇ ਵੱਲੋਂ ਵੱਡੇ ਮਾਰ ਦਿੱਤੇ ਜਾਣਗੇ ਮੋਟਰਸਾਈਕਲ ਔਰ ਬਿੱਟੂ ਦਾ ਸਨਮਾਨ ਜਿਹੜਾ ਮਦਰਸਾ ਤੇ ਚੱਕ ਕਲਾਂ ਇਹ ਵੀ ਟੀਮਾਂ ਆਪਣੀ ਤਿਆਰੀ ਰੱਖਣਗੀਆਂ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਉਧਰ ਕਹਿੰਦੇ ਮੋਨਾ ਬਰਾਡੀ ਵਧੀਆ ਵਧੀਆ ਅਮਰਤ ਬਰਾੜ ਵਧੀਆ ਵਧੀਆ ਅਮਰਤ ਬਰਾੜ ਆਪਣਾ ਮਾਨ ਸਨਮਾਨ ਲੈ ਕੇ ਜਾਣ ਸਟੇਜ ਤੇ ਧੰਨਵਾਦ ਆਓ ਜੀ ਹੈਪੀ ਬਰਾੜ ਸਾਹਿਬ ਸਨਮਾਨ ਲਈਏ ਆਪਾਂ ਲੈ ਵੀ ਲਾਭ ਬਾਈ ਜਿਹੜੇ ਸਨਮਾਨ ਰਹਿੰਦੇ ਆ ਕਰ ਦੀਏ ਆਪਾਂ ਲਾਭ ਸਾਡਾ ਵੀਰ ਲੈ ਵੀ ਜੀਤ ਮੈਚ ਕਿਉਂ ਖੜ ਗਿਆ ਜੀਤ ਤਲਵੰਡੀ ਸਾਡਾ ਭਰਾ ਕਿਉਂਕਿ 10 ਵਜੇ ਨਿੱਟ ਮੀਂਹ ਦੱਸ ਰਹੇ ਤੂੰ ਪਹਿਲਾਂ ਬੋਲਦੇ ਵੀਰੇ ਵੇਟ ਕਰ ਵੀਰੇ ਮੇਰੇ ਨੇੜੇ ਨੇ ਕਮੈਂਟਰ ਬਾਈ 7 ਵੱਜ ਗਏ ਆ ਜੱਸੀ ਕਾਲੀ ਨਾ ਕਰ ਭਰਾ ਬਣਿਆ ਖਿੱਚਲੋ ਕੰਮ ਜਿੰਨਾ ਖਿੱਚ ਮੇਰੇ ਨੇੜੇ ਨੇ ਕਮੈਂਟਰ ਮੈਂ ਕਹਿ ਦੇਣਾ ਜਦੋਂ ਆ ਗਿਆ ਸ਼ਬਾਜ ਨੀ ਕਾਫੀ ਦੱਸ ਸ਼ਬਾਜ ਸ਼ਬਾਜ ਗੱਲ ਸੁਣੀ ਮਾੜੀ ਜੀ ਇੱਕ ਨਾ ਜੱਸੀ ਘਗਿਆਣੇ ਦਾ ਕੋਈ ਫਰੈਂਡ ਹੈਗਾ ਕਮਲ ਡੋਕ ਤੋਂ ਕਮਲ ਡੋਕ ਤੋਂ ਉਹ ਆਇਆ ਵਿਆ ਟੂਰਨਾਮੈਂਟ ਤੇ ਗੈਰੀ ਜੌਲ ਵਧੀਆ ਵਧੀਆ ਵੀਰੇ ਅਨਮੋਲ ਮੋਲੀ ਵਧੀਆ ਵਧੀਆ ਅਨਮੋਲ ਉਧਰ ਜੰਡ ਵਾਲੇ ਵਾਲਾ ਨਿੱਕਾ ਕਿੰਦੇ ਦਾ ਚੇਲਾ ਪੁੱਜਿਆ ਹੋਇਆ ਜਿਹੜੀਆਂ ਕਹਿੰਦੇ ਕੈਨੇਡਾ ਦੇ ਵਿੱਚ ਵੱਡੀਆਂ ਗੱਲਾਂ ਨੇ ਔਰ ਜੰਟ ਵਾਲੇ ਵਾਲਾ ਕਹਿੰਦਾ ਲੈ ਵੀ ਗੌਰਵਾ ਕਿੰਦਾ ਜੇ ਲਾਸਟ ਦੇ ਨੰਬਰ ਲੈਂਦਾ 300 ਦਿੱਤਾ ਜਾਊਗਾ ਰੈਫਰੀ ਹੋਰ ਲਾ ਦਿਓ ਲੈ ਵੀ ਪ੍ਰਬੰਧਕ ਵੀਰ ਕਿੱਥੇ ਆਪਣੇ ਲਾਭ ਨੂੰ ਸਾਧ ਲਾਭ ਜੀ ਲਾਭ ਘਗਿਆਣਾ ਜੀ ਆਪਣੇ ਕਿੱਥੇ ਹੋ ਬਾਈ ਜੀ ਪ੍ਰਬੰਧਕ ਕਮੇਟੀ ਦੇ ਹੋਰ ਵੀਰ ਆ ਜਿੰਨੇ ਵੀ ਭਰਾ ਨੇ ਆਪਣੇ ਜ਼ਰੂਰ ਸੰਪਰਕ ਕਰਨ ਸਾਡੇ ਨਾਲ 1 ਨੰਬਰ ਗਰਾਊਂਡ 'ਚ ਪ੍ਰਬੰਧਕ ਕਮੇਟੀ ਵਾਲੇ ਵੀਰ ਆਓ ਵੀ ਵੀਰੋ ਇੱਥੇ ਆਓ ਸਰਦਾਰ ਸਾਹਿਬ ਅੰਦਰ ਨੈਟ ਦਾ ਥੋੜਾ ਰੌਲਾ ਰੱਪਾ ਸੀ ਐਚ ਵਿਜੇ ਵਿਕਾਸ ਤੋਂ ਬਹੁਤ ਬਹੁਤ ਧੰਨਵਾਦ
ਇੱਕ ਟੀਮ ਕਹਿੰਦੀ ਜਿਵੇਂ ਪਹਿਲਾਂ ਮੈਚ ਚੱਲੀਏ ਦੋਵੇਂ ਚੱਲਣ ਦਿਓ, ਇਹ ਹੁਣ ਤੁਸੀਂ ਕਮੇਟੀ ਫੈਸਲਾ ਕਰ ਦੇਵੇ। ਪ੍ਰੀਤ ਜਪਤੇ ਵਾਲਾ, ਜਪਤੇ ਵਾਲੀ ਉਹ ਕੀ ਹਾਲ ਆ ਪ੍ਰੀਤ, ਕੈਮ ਜਪਤੇ ਵਾਲੀ ਆ ਪ੍ਰੀਤ, ਪਿੱਛੇ ਪਿੱਛੇ ਮੀਂਹ ਆ ਗਿਆ, ਕਣੀਆਂ ਡਿੱਗਣ ਲੱਗ ਪਈਆਂ, ਡਿੱਗੀ ਤੇਰੇ ਤੇ ਕੋਈ, ਤੇਰੇ ਤੇ ਕਣੀਆਂ ਬਹੁਤ ਡੈਗਦੀਆਂ ਮੈਨੂੰ ਪਤਾ, ਕਣੀਆਂ ਨਾ ਤੇਰੇ ਤੇ ਇੰਨੀਆਂ ਡੈਗਦੀਆਂ ਬਹੁਤ, ਤੂੰ ਵੀ ਕਣੀਆਂ ਦੇ ਬਹੁਤ ਡੈਗਦਾ ਹੈ, ਲਵਾ ਕੇ ਸਾਰਾ ਨਹੀਂ ਦੱਸੋ। ਅਗਲੇ ਮੈਚ ਦੀ ਸ਼ੁਰੂਆਤ ਜਿਵੇਂ ਵੀ ਤੁਹਾਡਾ ਫੈਸਲਾ ਆਏਗਾ, ਕਮੇਟੀ ਵਾਲੇ ਵੀਰ ਕਹਿੰਦੇ ਆਪਾਂ ਨੈਟ ਕੱਸ ਦਿਆਂਗੇ ਜੇ ਕੱਸਣ ਵਾਲਾ, ਪਰ ਇਹ ਮੈਚ ਇੱਦਾਂ ਹੀ ਚੱਲਣ ਦੋ। ਪ੍ਰਬੰਧਕ ਵੀਰਾਂ ਦੇ ਜਿਹੜੇ ਫੈਸਲੇ ਆਪਾਂ ਬੋਲ ਦਿੱਤੇ ਆ, ਟੀਮਾਂ ਨੇ ਸਹਿਮਤ ਜੋੜੇਗਾ ਕਿੰਨੇ ਦਾ ਚੇਲਾ ਆਇਆ ਕੈਨੇਡਾ ਵਾਲਾ ਮੁੰਡਾ ਆਊਟ ਆ ਜੀ, ਉਹ ਕਹਿੰਦਾ ਆਪਾਂ ਵੱਡੇ ਮਾਣ ਕਰ ਦੇਈਏ, ਹਾਂ ਬੈਠਾ ਕਿੰਨੇ ਦਾ ਚੇਲਾ, ਥੋੜਾ ਥੋੜਾ ਹੱਸਦਾ ਮੁੰਡਾ, ਜਦੋਂ ਲਾਈਟਾਂ ਪੁੱਜੀਆਂ ਮੈਂ ਡਰ ਗਿਆ, ਵਾਹ ਡਰ ਗਿਆ, ਘੁੰਗਰਵਾਂ ਨਾਲ ਖੇਡੀ ਜਾਂਦਾ। 17 ਪੁਆਇੰਟ ਹੋ ਗਏ ਜੀ, ਭਨਿਆਰੀ ਦੇ ਕਾਲੀਅਰ ਦੇ ਖਿਡਾਰੀ ਤਿਆਰ ਪਰ ਤਿਆਰ ਰਹਿਣਗੇ, ਗੁਜ਼ਾਰਿਸ਼ ਮੈਂ ਕਰਦਾ ਭਨਿਆਰੀ ਦੇ ਕਾਲੀਅਰ ਦੇ ਖਿਡਾਰੀ ਜਿਹੜੇ, ਲਾਸਟ ਪੁਆਇੰਟ ਆ ਗਿਆ ਉਧਰ ਸੋਪੜ ਸਾਡਾ ਵੱਡਾ ਵੀਰ ਨਾਲ ਗਿੱਧਾ ਜੀ, ਪਰ ਫੇਰੂ ਸ਼ਹਿਰੀਏ ਮੁੰਡੇ ਫਿੱਟ ਬੜੇ ਆ, ਆਓ ਪਿੰਡਾਂ ਕੋਸ਼ਿਸ਼ ਕਰਨਾ, ਵੱਡੀਆਂ ਮੁਬਾਰਕਾਂ ਨੇ ਕੇਂਗਰੇ ਦੇ ਮੇਲੇ ਦੇ ਗੁਰਭੇਜ ਸਿੰਘ ਭੇਜੇ ਦਾ ਸਨਮਾਨ ਵੀ, ਜਿਹੜਾ ਅਨੋਖ ਢਹਿਰੋ ਕਲੱਬ ਕੈਨੇਡਾ ਦੇ ਬਣੀਓ ਜਿਹੜਾ ਮੋਟਰਸਾਈਕਲ ਨਾਲ ਕੀਤਾ ਜਾਵੇਗਾ। ਇੱਧਰ ਬੱਬੂ ਸਹੇਲੇ ਵਾਲਾ ਸਾਡਾ ਵੱਡਾ ਵੀਰ ਹੈ, ਉਸ ਭਰਾ ਨੂੰ ਬੇਨਤੀ ਵੀ ਆਪਣਾ ਸਨਮਾਨ ਲਵੇ ਆ ਕੇ, ਬੜੀ ਬਾਲ ਮੈਂ ਸਨਮਾਨ ਕਰੋ ਪ੍ਰਾਪਤ ਆਪਣਾ। ਆ ਗਿਆ ਗੇਮ ਪੁਆਇੰਟ, ਮੈਨੂੰ ਲੱਗਦਾ ਗੇਮ ਪੁਆਇੰਟ ਆ ਬਈ ਫਿਰੋਜ਼ਸ਼ਾਹ ਬੀ ਟੀਮ ਦਾ, ਲੈ ਵੀ ਲਾਸਟ ਪੁਆਇੰਟ ਆ ਗਿਆ ਜਿਹੜਾ ਫਿਰੋਜ਼ਸ਼ਾਹ ਦੀ ਬੀ ਟੀਮ ਦਾ ਨੰਬਰ ਜਿਹੜਾ ਲਾਸਟ ਹੈ, ਵੱਡੀਆਂ ਮੁਬਾਰਕਾਂ ਭਰਾਵਾਂ ਦੇ ਲਈ, ਅਨੋਖ ਢਿੱਲੋ ਕਲੱਬ ਫਰੀਦ ਸਪੋਰਟਸ ਕਲੱਬ ਵਾਲੇ ਵੀਰਾਂ ਦਾ ਜਿਹੜਾ ਮੈਂ ਤਹਿ ਦਿਲੋਂ ਧੰਨਵਾਦ ਕਰਾਂਗਾ, ਵੀਰਾਂ ਨੇ ਹੀਰਿਆਂ ਦੇ ਮੁੱਲ ਪਾਏ ਨੇ, ਬਹੁਤ ਵੱਡੀਆਂ ਮੁਬਾਰਕਾਂ ਨੇ।
ਕਾਲੀ ਵਾਲਾ ਤੇ ਪਨਿਆਰੀ ਆਓ ਜੀ ਗਰਾਊਂਡ ਦੇ ਨੇੜੇ ਕਿਸੇ ਵੀ ਟੀਮ ਦੀ ਅੱਧਾ ਮਿੰਟ ਨਹੀਂ ਕੀਤੀ ਜੇਤੂ ਆ ਜੀ ਰੋਸ਼ਾ ਬੀ ਕਾਲੀ ਵਾਲਾ ਤੇ ਪਨਿਆਰੀ ਸ਼ਾਲੂ ਜਨੇਤਪੁਰੀਆ ਰਣਜੀਤ ਜੀ ਆਪਣਾ ਸਨਮਾਨ ਲੈਣ ਸਟੇਜ ਤੇ ਆ ਜਾਓ ਪਹੁੰਚੋ ਤੁਸੀਂ ਵੀ ਸੁਭਾਸ਼ ਚੰਦ ਕਮੋਲ ਹਰੂਰ ਬਰਾੜ ਵਧੀਆ ਵਧੀਆ ਵੀਰੇ ਰਣਜੀਤ ਪਹੁੰਚ ਸਟੇਜ ਤੇ ਲਾਭ ਸਨਮਾਨ ਕਰੀਏ।